वेख लिया जे दोवा पैणा ने वेख लिया जे अपनी मर्जी का नतीजा जिन्हू तुसी करोड़पति समझदे सो ओ कखपति निकले ਸਾਡੇ ਵਰਗੀਆਂ ਔਰਤਾਂ ਦੇ ਕਿਸੇ ਸ਼ਾਇਰ ਨੇ ਕੀ ਖੂਬ ਕਿਹਾ ਕਿ ਉਠਾ ਜਬ ਮੇਰਾ ਜਨਾਜ਼ਾ ਤੋਂ ਚੀਖ ਕਰ ਬੋਲੇ ਠਹਿਰ ਜਾ ਹਾਲੀ ਵੱਡੀ ਫੁੱਫੋ ਰਿਆ ਲੇਕਿਨ ਜਾਨੂ ਮੈਨੂੰ ਮਾਫ ਕਰ ਓਏ ਉਹਦੀ ਚੁੰਮੀ ਤੇ ਉਹਦੀ ਸਕੀ ਮਾਂ ਨਹੀਂ ਸੀ ਲੈਂਦੀ ਮਾਫੀ ਦੇ ਦੋ ਆਈ ਐਮ ਸੌਰੀ ਜਾਨੂ ਸਕੀ ਮਾਂ ਚੁੰਮੀ ਨਹੀਂ ਸੀ ਲੈਂਦੀ ਆਹੋ ਜੀ ਤਪਸ਼ੀ ਇੰਨੀ ਸੀ ਉਹ ਕਹਿੰਦੀ ਪੁੱਤਰ ਤੇ ਚਾਜ ਬੁੱਲ ਛੜਵਾ ਲਵਾਂ ਹੁਣ ਹੈਲੋ ਹਾਂਜੀ ਇਸ ਟਾਈਮ ਤੇ ਲਾੜੇ ਵਾਲਾ ਮੂੰਹ ਹੋਇਆ ਮੇਰਾ ਵਿਆਹ ਹੋਣ ਲੱਗਾ ਮੈਂ ਕਿਹਾ ਗੱਲ ਸੁਣ ਹਾਂ ਜਾਨੂ ਆ ਵਿਆਹ ਤੇਰਾ ਹੋਣ ਲੱਗਾ ਤੇ ਜ਼ੇਵਰ ਕਿੱਥੋਂ ਬਣਵਾਏਗਾ ਜ਼ੇਵਰ ਗੁਜਰਾਤ ਤੋਂ ਅੱਛਾ ਹਾਂਜੀ ਉਹ ਆਪਣਾ ਕਿਹੜੀ ਦੁਕਾਨ ਤੋਂ ਰਾਸ਼ਨ ਦੀ ਹੱਟੀ ਤੋਂ ਅੱਛਾ ਹੱਟੀ ਕੀ ਨਾਲ ਮਤਲਬ ਚੀਨੀ ਚੁਨੀ ਵੀ ਵੇਚਦੇ ਹਾਂਜੀ ਅੱਛਾ ਮੈਂ ਕਿਹਾ ਜਾਨੂ ਮੈਂ ਸੇਰਾ ਤੇ ਹਾਰ ਲੈ ਜਾਂਦੀ ਆ ਸੇਰਾ ਤੇ ਹਾਰੇ ਤੇ ਆਸੇ ਲਿਆ ਬੜਾ ਸੋਹਣਾ ਮੁਖੜਾ ਹੋਇਆ ਠੀਕ ਹੈ ਠੀਕ ਹੈ ਤੁਸੀਂ ਨਾ ਮੌਲਵੀ ਨੂੰ ਬੁਲਾਓ ਠੀਕ ਹੈ ਜਨਾਜ਼ਾ ਵੀ ਪੜਵਾਉਣਾ ਨਾਲ चिड़िया घर जाके कहना मैं टिकट दियो मैं हाथी वेखना वो कहते इथे खलो तेनू वेखण आउंदे चिड़िया घर गया रेश दे पिंजरे नूं फड़ के रेश नूं कहिंदा अब्बा हफ्ते बाद तेरी जमानत हो जाएगी हेलो वाजी वाह लाला ए वो ही हार नहीं जब तू 2 किलो कूड़ा खादा सी ते तेनू पाया सी माशाल्लाह वाजी वाह हुण तेरा मेरा विआह हो रहा है तेनू मैं कबूल हां कबूल है मैं संजय बाहर ले ला अपने कंडे भाईजान आखिर तुसी ब्याह करवा ही दिता ना ए ब्याह होने वाली चीज हुंदी है होन दिया करो पोले तू मेरे बगैर ब्याह कर रहे पोले 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 इधर देखो घर च ब्याह हो गया झगड़े हो गए ओ मूल वेट के छुट्टी बड़ी बेगम बिल्ली तू मेरे बगैर ही क्या कर रहे भाई ते मेरी दुआई है तेरे को भाई ब्याह ब्याह होने वाली है ओए इधर आ कजले कुत्ते ए मेरा ड्रामे दा वाकफ नहीं ए सगा रिश्तेदार है ए मेरी सकी मासी दे कुत्ते दा पुत्र भरा कोई गल नहीं बोले ए चार चावल लेके आते जान जान करी आन जान सुनिया सी जान जान केड़ा पाणी विच ए सारे ही मेनू छड़ के चले गए ने मैं किते चला जावा किते चला जावा बोले पिंड वापस आ जा चलिए मां प्यो दे कीते फैसले हमेशा औलाद दा मुकद्दर बनदे ने मेरे मां प्यो ने जिथे मेरी मंगनी कीती है मैं उथे ही ब्याह करांगा नहीं बोले तू मेनू छड़ के शहर नहीं जा सकदा तू खुद रहस्य ब्याह करेगा क्यों पढ़ी लिखी ती अमीर कुड़ी है ये सारा मेरा रोल है तू नहीं मैं जाऊं
ਜਾਣ ਦੇਵਾਂ ਅੱਜ। ਹਾਏ ਲੋਕੋ ਵੀ ਲੋਕੋ, ਇਹਨੂੰ ਲੋਕੋ, ਹਾਏ ਨਾ ਪੋਲੇ। ਕੀ ਆਣੀ ਤੈਨੂੰ? ਕਿਸੇ ਨੂੰ ਆਰਾਮ ਨਾਲ ਮਰਨ ਵੀ ਨਹੀਂ ਦਿੰਦੀ ਆ ਤੁਸੀਂ। ਚਲੀਏ ਜਿੱਥੇ ਇਸ਼ਕ ਸੱਚਾ ਹੋਵੇ, ਉੱਥੇ ਖੂਹ ਝੂਠੇ ਹੁੰਦੇ ਨੇ। ਖੂਹ ਦੇ ਵਿੱਚ ਲਾਗ ਮਾਰੀ ਹੈ ਨਾ, ਜ਼ਰਾ ਨਹੀਂ ਪਿੱਛਿਆ। ਭਲਾ ਮੈਂ ਤੈਨੂੰ ਕਿਉਂ ਨੀ ਛਲਾਂਗ ਮਾਰਨ ਦਿੱਤੀ? ਉਹ ਤਿੰਨ ਚਾਰ ਪਹਿਲੇ ਵੀ ਵਿੱਚ ਬੈਠੇ ਨੇ। ਉਹ ਚਾਚੇ ਨੂੰ ਤਾਂ ਡੁੱਬਿਆ 20 ਸਾਲ ਹੋਏ ਨੇ ਤੇ ਉਂਝ ਹੀ ਬੈਠਾ। ਮੈਂ ਕਿਹਾ ਉਹ ਨਾ ਤੂੰ ਜਾਵੇ ਤੇ ਚਾਰੇ ਲਾਲਕ ਤੇਰੇ ਨਾਲ ਬੈਂਕ ਲਾ ਲੈਣ। ਇੱਧਰ ਮੈਂ ਸ਼ਹਿਰ ਜ਼ਰੂਰ ਜਾਵਾਂਗਾ, ਜ਼ਰੂਰ ਜਾਵਾਂਗਾ, ਜ਼ਰੂਰ ਜਾਵਾਂਗਾ ਕਿਹਾ ਸੀ। ਸ਼ਹਿਰ ਜਾਏਗਾ ਤੇ ਜ਼ਲੀਲ ਹੋ ਜਾਏਗਾ, ਖੁਆਰ ਹੋ ਜਾਏਗਾ। ਮੈਂ ਸ਼ਹਿਰ ਆ ਕੇ ਵਾਕਈ ਜ਼ਲੀਲ ਹੋ ਗਿਆ, ਹੁਣ ਮੈਂ ਵਾਪਸ ਚਲਾ ਜਾਵਾਂਗਾ। ਲਾਹੌਰ ਸ਼ਹਿਰ ਵੀ ਅਜੀਬ ਸ਼ਹਿਰ ਹੈ, ਇੰਨੇ ਕੰਮ ਕੀਤੇ ਨੇ ਮੈਂ। 3 ਸਾਲ ਮੈਂ ਪਹਿਲੇ ਰਕਸ਼ਾ ਚਲਾਉਣਾ ਸੀ ਇੱਥੇ। ਇੱਕ ਵਾਰੀ ਮੈਂ ਇਸਰੇ ਬਾਜ਼ਾਰ ਖਲੋਤਾ ਰਕਸ਼ੇ ਦੇ ਵਿੱਚ ਬੈਠਾ, 5-6 ਖੁਸਰੇ ਮੈਨੂੰ ਆ ਕਹਿੰਦੇ ਸਾਹਿਬ ਸ਼ੇਖਜ਼ਾਦ ਲੈ ਜਾ। ਮੈਂ ਕਿਹਾ ਸ਼ੇਖਜ਼ਾਦ ਉੱਥੇ ਆਪ ਨਹੀਂ ਬੈਂਦਾ। ਉਹ ਕਿੱਥੇ ਆ ਤੂੰ? ਹਾਂ ਓਏ ਚਾਚਾ, ਤੂੰ ਸ਼ਹਿਰ ਕੀ ਲੈਣ ਆ ਗਿਆ? ਮੈਂ ਸ਼ਹਿਰ ਕੀ ਲੈਣ ਆ? ਹਾਂ ਮੈਂ ਹਾਂ ਸਵੇਰੇ ਕਚਹਿਰੀ। ਅੱਛਾ ਕਚਹਿਰੀ ਮੇਰੇ ਨਾਲ ਸੀ ਕਾਨੂੰਗੋ। ਅੱਛਾ ਨਾਲ ਮੇਰੇ ਸੀ ਗਰਦੌਰ। ਅੱਛਾ ਨਾਲ ਇੱਕ ਪਟਵਾਰੀ। ਅੱਛਾ ਸੈਸ਼ਨ ਜਾਂਦੇ ਸੀ ਤਰੀਕ। ਅੱਛਾ ਸਾਡਾ ਝਗੜਾ ਚੱਲਣ ਡਿਆ ਹਵੇਲੀ ਦਾ। ਅੱਛਾ ਉਹਨੇ ਮੈਨੂੰ ਆਖਿਆ ਵੀ ਤੂੰ ਇਸ ਤਰ੍ਹਾਂ ਕਰ, ਕਾਗਜ਼ ਤੇਰੇ ਹੋ ਗਿਆ ਮੁਕੰਮਲ, ਤੂੰ ਫੇਰ ਕੱਲ੍ਹ ਤੇ ਰੱਖ ਹੋਣੇ ਗੱਲ। ਅੱਛਾ ਤਾਂ ਮੈਂ ਕਿਹਾ ਵੀ ਮੁੰਡਿਆਂ ਨੂੰ ਮਿਲਾਵਾਂ। ਅੱਛੂ ਦੀ ਸੁਣਾ। ਅੱਛੂ ਦਾ ਨਾਂ ਨਹੀਂ ਲੈਣਾ ਚਾਚਾ ਇੱਥੇ। ਕਿਉਂ? ਇੱਥੇ ਸਾਡੀ ਭਾਬੀ ਨੇ ਸਾਡਾ ਜੀਣਾ ਆਰਾਮ ਕੀਤਾ ਹੋਇਆ। ਇਹ ਭਾਬੀ ਕੌਣ ਹੀ ਹੈ? ਭਾਬੀ ਅੱਛੂ ਦੀ ਬੀਵੀ, ਨਾਲੇ ਉਹ ਅੱਛੂ ਨਹੀਂ, ਹੁਣ ਇੱਥੇ ਯਾਰ ਸਲਾਲ ਬਣ ਗਿਆ ਤੇ ਮੈਂ ਉਮਾਰ ਬਣ ਗਿਆ। ਇਹ ਕੀ ਗੱਲ, ਤੁਸੀਂ ਬਿਲਡਿੰਗਾਂ ਵਾਲੇ ਨਾਂ ਕਿਉਂ ਰੱਖ ਲਏ? ਚਾਚਾ ਜੀ ਬੈਠੋ ਤੁਸੀਂ ਇੱਥੇ, ਛੱਡੋ ਤੁਸੀਂ ਇਸ ਗੱਲ ਨੂੰ। ਤੁਸੀਂ ਮੈਨੂੰ ਦੱਸੋ ਕਿ ਤਬੀਅਤ ਕੈਸੀ ਹੈ? ਸਭ ਅੱਛਾ ਹੈ, ਸ਼ੁਕਰ ਅਲਹਮਦੁਲਿਲਾ, ਅੱਲਾ ਦਾ ਕਰਮ ਹੈ। ਤੇਰਾ ਯਾਰ ਸੀ ਨਾ ਅਫਜ਼ਲ? ਹਾਂਜੀ। ਉਹ ਦੀਕੇ ਦਾ ਮੁੰਡਾ? ਹਾਂਜੀ। ਉਹਨੇ ਮਕਾਨ ਵੇਚ ਕੇ ਕਰੋਲਾ ਲੈ ਲਈ ਨਵੀਂ 2D। ਵਾਹ ਵਾਹ। ਹਾਂ ਕਹਿੰਦਾ ਏਅਰਪੋਰਟ ਤੇ ਲਾਣੀ ਆ। ਬਿਜ਼ਨਸ ਕਾਰੋਬਾਰ? ਬਿਜ਼ਨਸ ਇਹੋ ਜਿਹਾ, ਉਹਨੇ ਗੱਡੀ ਲਈ ਆ, ਸਵੇਰੇ ਕੱਢੀ ਸੂ। ਅੱਛਾ ਸਿੱਧੀ ਜਾ ਕੇ ਖਾਲੀ 'ਚ ਇਹੋ ਜਿਹੀ ਡਿੱਗੀ ਆ। ਅੱਛਾ ਇੱਥੇ ਕਰਕੇ ਸਟੀਅਰਿੰਗ ਮੱਜਾ, ਉੱਥੇ ਹੀ ਦਮ ਦੇ ਗਿਆ। ਅੱਲਾ ਦੇ ਕੰਮ ਨੇ, ਨਾ 2D ਰਹੀ ਨਾ ਉਹ ਰਿਹਾ। ਚਲੋ ਅੱਲਾ ਮਾਫ਼ ਕਰ ਦੇਵੇ, ਛੱਡ ਦਿਓ ਸੂ, ਛੱਡੋ ਪਿੰਡ ਨੂੰ, ਤੁਸੀਂ ਆਪਣਾ ਸਲਾਓ। ਬਾ ਠੀਕ, ਜਵਾਰ ਤੇ ਕੰਧ ਡਿੱਗੀ ਉਹ ਦਿਨ, ਚਣਕਾ ਟੁੱਟ ਗਿਆ, ਉਹ ਵੀ ਮਰ ਗਿਆ ਹਸਪਤਾਲ। ਮਾਸੀ ਤੇਰੀ ਦਾਰੋ ਆ ਨਾ ਦਾਰੋ? ਹਾਂਜੀ। ਉਹ ਸ਼ੂਕਰ ਦੀ ਵਜ੍ਹਾ ਨਾਲ ਉਹਦੀ ਲੱਤ ਕੱਟੀ ਉਹਨਾਂ ਨੇ, ਉਹਦੇ ਬਾਅਦ ਬਾਂਹ ਜਿਹੜੀ ਸੀ ਉਹ ਵੀ ਉਹਨਾਂ ਕਿਹਾ ਕੱਟਾਂਗੇ, ਮਗਰ ਉਹ ਖੌਫ ਨਾਲ ਹੀ ਮਰ ਗਈ। ਇਹ ਤਿੰਨਾਂ ਮਰਗਾਂ ਨੇ ਮੇਰਾ ਦਿਲ ਘਬਰਾ ਪਾ ਦਿੱਤਾ ਮੈਨੂੰ। ਚਾਚਾ ਚੱਲ ਅੱਲਾ ਸਭ ਖੈਰ ਕਰ ਦੇਗਾ, ਛੱਡ ਇਸ ਗੱਲ ਨੂੰ। ਤੂੰ ਦੱਸ ਕੇ ਰੋਟੀ ਖਾਏਗਾ ਕਿ ਚਾਹ ਪੀਏਗਾ? ਰੋਟੀ ਕੀ ਖਾਣੀ ਹੈ ਬੇਟਾ, ਸਾਰਾ ਦਿਨ ਸਵੇਰੇ ਕਚਹਿਰੀ ਫਿਰ ਫਿਰ ਕੇ ਆਏ ਹਾਂ। ਅੱਛਾ ਅੱਛੂ ਕਿੱਥੇ ਆ? ਅੱਛੂ ਅੰਦਰ ਏ। ਅੱਛਾ ਸ਼ਰੀਫ ਸੀ ਨਾ ਆਪਣਾ ਤੇਰਾ ਯਾਰ? ਆਹੋ ਮਰ ਗਿਆ ਹੋਣਾ, ਛੱਡ ਦੇ। ਨਹੀਂ ਜੀ ਉਹ ਤਾਂ ਨਹੀਂ ਬਣਿਆ, ਸ਼ੁਕਰ ਹੈ ਕਿਸੇ ਨੂੰ ਬਚਾ ਲਿਆ। ਉਹਨੇ ਛੱਪੜ ਤੇ 500 ਬਤਕ ਰੱਖੀ ਸੀ, ਸਵੇਰੇ 500 ਬਤਕ ਚੋਂ 300 ਆਂਡਾ ਹੁੰਦਾ ਸੀ। ਓਏ ਹੋਏ ਹੋਏ ਹੋਏ, ਇੱਕ ਮੁੰਡਾ ਰੱਖਿਆ। ਕੀ ਕਾਰੋਬਾਰ ਹੈ? ਹਾਂਜੀ ਇੱਕ ਮੁੰਡਾ ਰੱਖਿਆ, 300 ਆਂਡਾ ਸਾਰੇ ਦਿਹਾੜੇ 'ਚ ਇਕੱਠਾ ਨਹੀਂ ਕਰਦਾ। ਵਾਹ। 11-11 12-12 ਦਿਨ ਆਂਡੇ ਉੱਥੇ ਗਲਦੇ ਰਹਿੰਦੇ ਸੀ, ਰੁਲਦੇ ਰਹਿੰਦੇ ਸੀ। ਹਾਂ ਸ਼ਰੀਫ ਦੇ ਪਿਓ ਨੇ ਆ ਕੇ ਜਿਸ ਨੇ ਕਿਹਾ ਨਾ ਅਕਰਮ ਨੇ, ਉਹਨੇ ਕਿਹਾ ਨਾ ਮਕੂਲਾ ਨਾ ਮੁਕੰਮਲਾ ਬੇਹਦਾਇਤ ਆ, ਇਹ ਆਪਣੀ ਲੇਬਰ ਵਧਾ। ਅੱਛਾ ਉਹਨੇ MBI ਸਕੂਲ ਦੇ ਸਾਰੇ ਮੁੰਡੇ, 9 ਜਮਾਤਾਂ ਦੀ 9 ਜਮਾਤਾਂ ਬੁਲਾ ਲਈਆਂ। ਬੜੀ ਗੱਲ, 450 ਮੁੰਡਾ ਸੀ। ਅੱਛਾ ਉਹ ਆਂਡੇ ਚੁੰਗਦਾ ਚੁੰਗਦਾ ਉਧਰੋਂ ਰੋਈ ਨਾਲਾ ਟੁੱਟਾ, ਰੁੜ ਗਿਆ ਨਾਲ ਹੀ ਮਰ ਗਿਆ। ਨਾ ਬਤਖਾ ਨਾ ਆਂਡੇ ਨਾ ਬਾਲ ਨਾ ਅਕਰਮ ਤੇ ਨਾ ਸ਼ਰੀਫ, 1-2-3 ਤੇ ਠੀਕ ਸੀ ਨਾ, ਪੂਰਾ 450 ਹੀ ਉਡਾਤਾ ਹੀ, ਮਰ ਗਿਆ ਬਈ ਰੱਬ ਦੇ ਕੰਮ ਨਹੀਂ। ਓ ਚਾਚਾ ਬਸ ਖੁਦਾ ਦਾ ਵਾਸਤਾ ਹੀ, ਇੱਥੇ ਬਹੁਤੀ ਖੱਪ ਆਏਗਾ ਤੇ ਅੰਦਰ ਜੀਣਾ ਆਰਾਮ ਕਰ ਦੇ ਲੈ ਭਾਬੀ। ਜੀਣਾ ਉਹਨੇ ਕਿਉਂ? ਕੌਣ ਹੀ ਓਏ? ਮੈਂ ਹੁਣੇ ਪਤਾ ਕਰ ਕੇ ਆਉਂਦਾ। ਕੌਣ ਹੈ? ਅਜੀਬ ਆ ਵੀ ਇਹ ਕੋਈ ਗੱਲ ਹੈ ਬੜਾ, ਰੱਬ ਦੇ ਕੰਮ ਇਹੋ ਜਿਹਾ। ਚਲੋ ਚਾਲੂ ਇਹ ਮੁੰਡਿਆਂ ਨੇ, ਤੁਸੀਂ ਮੈਨੂੰ ਕਿੰਨਾ ਅੱਛਾ ਡਰੈਸ ਲੈ ਕੇ ਦਿੱਤਾ ਹੈ। ਮੈਂ ਤਾਂ ਨਹੀਂ ਲੱਗ ਦਿੱਤਾ, ਤੇਰਾ ਕੋਈ ਦੁਕਾਨਦਾਰ ਵਾਕਫ ਨਿਕਲ ਆਇਆ। ਬੇਟਾ ਅਸਲਾਮ ਅਲੈਕਮ। ਇਹ ਅੱਬੂ ਨੇ ਤੁਹਾਡੇ? ਮੈਂ ਸੁਸਰ ਜੀ। ਨਹੀਂ ਅਸਲਾਮ ਅਲੈਕਮ ਬੇਟਾ, ਕੀ ਹਾਲ ਤੁਹਾਡਾ? ਦੂਲਾ ਬਣੇ ਮਾਸ਼ਾਅੱਲਾ, ਕਿੰਨਾ ਅੱਛਾ ਦੂਲਾ ਹੈ। ਅਸਲਾਮ ਅਲੈਕਮ ਜੀ, ਮੈਂ ਨਹੀਂ। ਅਸਲਾਮ ਅਲੈਕਮ ਜੀ, ਤੁਸੀਂ ਆਪਣਾ ਤੁਸੀਂ ਅੱਗੇ ਪਿੱਛੇ ਹੋ ਜਾਓ, ਤੁਹਾਨੂੰ ਫਰਿਸ਼ਤਾ ਸਾਈਕਲ ਤੇ ਲੱਭਣ ਡਿਆ ਜੀ।
ਓ ਯਾਰ ਫਰਿਸ਼ਤੇ ਨੇ ਕਿਉਂ ਲੱਭਣਾ ਸਾਨੂੰ, ਅਸੀਂ ਬੰਦੇ ਆ ਗੁਨਾਹਗਾਰ ਜੈ। ਤੁਹਾਨੂੰ ਮੈਂ ਪਛਾਣ ਲੈ ਆ। ਤੇ ਪਛਾਣ ਲੈ ਪੁੱਤਰ, ਇਹ ਕੋਈ ਤੁਸੀਂ ਆਪਣਾ ਪਿੰਡ ਪ੍ਰੈਸ਼ਰ ਕੁੱਕਰ ਦੀਆਂ ਰਪਟਾਂ ਨਹੀਂ ਠੀਕ ਕਰਦੇ?